Hello viewers, I am Rajinder Kumar and you are watching your own channel Gateway to English. Dear friends, ਇਹਨਾਂ ਕੁਝ ਬੱਚਿਆਂ ਨੂੰ ਦਿੱਕਤ ਰਹਿੰਦੀ ਹੈ ਸਪੈਲਿੰਗ ਲਿਖਣ ਦੇ ਵਿੱਚ, ਸਪੈਲਿੰਗਸ ਦੇ ਵਿੱਚ ਈ ਆਈ ਤੇ ਆਈ ਈ ਦੀ ਜੋ ਸਾਊਂਡ ਹੈ, ਬਹੁਤ ਸਾਰੇ ਸ਼ਬਦਾਂ ਦੇ ਵਿੱਚ ਈ ਆਈ ਜਾਂ ਆਈ ਈ ਦੀ ਸਾਊਂਡ ਨਾ ਈ ਵਰਗੀ ਆਉਂਦੀ ਹੈ। ਈ ਬਿਹਾਰੀ ਆਪਾਂ ਕਹਿ ਲਈਏ, ਹਿੰਦੀ 'ਚ ਵੱਡੀ ਈ ਆਪਾਂ ਇਸ ਨੂੰ ਕਹਿ ਸਕਦੇ ਹਾਂ, ਠੀਕ ਹੈ। ਤੇ ਜਦੋਂ ਈ ਆਏ ਔਰ ਆਈ ਈ ਇਸ ਤਰ੍ਹਾਂ ਬੋਲਿਆ ਜਾਂਦਾ ਹੋਵੇ ਕਿਸੇ ਸ਼ਬਦ ਦੇ ਵਿੱਚ, ਠੀਕ ਹੈ, ਤਾਂ ਆਈ ਜੋ ਹੈ ਉਹ ਹਮੇਸ਼ਾ ਜੋ ਹੈ ਈ ਤੋਂ ਪਹਿਲਾਂ ਆਉਂਦਾ ਹੈ, ਸਿਰਫ ਇੱਕ ਕੇਸ ਨੂੰ ਛੱਡ ਕੇ, ਸੀ ਦੇ ਕੇਸ ਨੂੰ ਛੱਡ ਕੇ, ਠੀਕ ਹੈ। ਜਿਵੇਂ ਕਿ ਮੈਂ ਇੰਗਲਿਸ਼ ਲਿਖਿਆ ਵੈਨ ਈ ਆਏ ਔਰ ਆਈ ਈ ਇਜ਼ ਪ੍ਰੋਨਾਊਂਸ ਲਾਈਕ ਈ, ਜਦੋਂ ਈ ਆਏ ਅਤੇ ਆਈ ਈ ਜਾਂ ਆਈ ਈ ਨੂੰ ਆਪਾਂ ਈ ਦੀ ਤਰ੍ਹਾਂ ਬੋਲਦੇ ਹਾਂ ਜਾਂ ਬੋਲਿਆ ਜਾਂਦਾ ਹੈ, ਤਾਂ ਆਈ ਹਮੇਸ਼ਾ ਜੋ ਹੈ ਇਸ ਤੋਂ ਪਹਿਲਾਂ ਆਉਂਦਾ ਹੈ, ਠੀਕ ਹੈ, ਈ ਤੋਂ ਪਹਿਲਾਂ ਆਉਂਦਾ ਹੈ, ਸਿਰਫ ਸੀ ਦੇ ਕੇਸ ਨੂੰ ਛੱਡ ਕੇ, ਸੀ ਤੋਂ ਬਾਅਦ ਆਉਂਦਾ ਇਹ, ਠੀਕ ਹੈ। ਇਗਜ਼ਾਮਪਲਸ ਆਪਾਂ ਦੇਖਾਂਗੇ, ਇਗਜ਼ਾਮਪਲਸ ਨਾਲ ਤੁਹਾਨੂੰ ਕਲੀਅਰ ਹੋਏਗੀ। ਸਾਰੀ ਵੀਡੀਓ ਦੇਖਣਾ ਲਾਸਟ 'ਤੇ, ਅਤੇ ਇੱਕ ਇਸ ਦੇ ਵਿੱਚ ਇੱਕ ਸ਼ਬਦ ਇਹੋ ਜਿਹਾ ਵੀ ਆਏਗਾ ਲਾਸਟ 'ਤੇ, ਇਹ ਵਾਲਾ ਜਿਸਦਾ ਉਚਾਰਨ ਜੋ ਹੈ ਬਹੁਤ ਆਪਾਂ ਗਲਤ ਕਰਦੇ ਹਾਂ, ਬਹੁਤ ਸਾਰੇ ਵਿਦਿਆਰਥੀ ਗਲਤ ਬੋਲਦੇ ਨੇ ਇਸ ਨੂੰ, ਇਹ ਮੈਂ ਲਾਸਟ 'ਤੇ ਹੀ ਦੱਸੂਗਾ। ਫਿਲਹਾਲ ਆਪਾਂ ਇਹ ਕੰਸੈਪਟ ਸਮਝਦੇ ਹਾਂ, ਲੈਟਸ ਗੈਟ ਸਟਾਰਟਡ ਦਿਸ ਵੀਡੀਓ। ਦੇਖੋ ਪਹਿਲਾ ਵਰਡ ਹੈ ਰਿਲੀਵ, ਰਿਲੀਵ ਜਦੋਂ ਆਪਾਂ ਰਿਲੀਵ ਬੋਲਦੇ ਹਾਂ ਤਾਂ ਈ ਦੀ ਸਾਊਂਡ ਆ ਰਹੀ ਨਾ, ਵੱਡੀ ਈ ਆ ਰਹੀ ਹੈ, ਬਿਹਾਰੀ ਆਈ ਹੋਈ ਹੈ, ਠੀਕ ਹੈ। ਤਾਂ ਇਹ ਜੋ ਹੈ ਇੱਥੇ ਦੇਖੋ ਤੁਸੀਂ ਆਈ ਪਹਿਲਾਂ ਆਇਆ, ਈ ਬਾਅਦ 'ਚ ਆਇਆ, ਆਏ ਈ ਲਿਖਿਆ ਆਪਾਂ ਨੇ, ਈ ਆਈ ਨਹੀਂ ਲਿਖਿਆ, ਠੀਕ ਹੈ। ਇਸੇ ਤਰ੍ਹਾਂ ਇਸ ਸ਼ਬਦ ਦੇ ਵਿੱਚ ਦੇਖੋ ਅਚੀਵ, ਅਚੀਵ ਹੁੰਦਾ ਹੈ ਪ੍ਰਾਪਤ ਕਰਨਾ, ਇਸ ਦੇ ਵਿੱਚ ਵੀ ਆਈ ਪਹਿਲਾਂ ਆਇਆ, ਈ ਬਾਅਦ 'ਚ ਆਇਆ। ਇਹ ਧਿਆਨ ਰੱਖਣਾ, ਜਦੋਂ ਇਹਨਾਂ ਦੋ ਲੈਟਰਸ ਦੀ ਸਾਊਂਡ ਮਿਲ ਕੇ ਬਿਹਾਰੀ ਵਰਗੀ ਆਵਾਜ਼ ਹੋਵੇ ਉਦੋਂ ਦੀ ਗੱਲ ਕਰ ਰਹੇ ਆਪਾਂ, ਉਹ ਕੇਸ ਇਹ, ਠੀਕ ਹੈ। ਅਚੀਵ ਚੱਚੇ ਨੂੰ ਬਿਹਾਰੀ ਦੀ ਬੋਲਣਾ ਆਪਾਂ, ਅਚੀਵ ਈ ਲੰਬੀ ਵੱਡੀ ਆਵਾਜ਼ ਆ ਗਈ ਨਾ, ਲੌਂਗ ਸਾਊਂਡ ਹੈ ਈ ਦੀ, ਸੋ ਇੱਥੇ ਆਈ ਈ ਹੋ ਗਿਆ, ਇਹ ਵੀ ਆਈ ਈ ਹੋ ਗਿਆ। ਫੀਲਡ ਖੇਤ, ਇੱਥੇ ਵੀ ਆਈ ਈ, ਚੀਫ ਆਈ ਈ, ਥੀਫ ਆਈ ਈ, ਗਰੀਵ ਆਈ ਈ, ਰਿਲੀਫ ਆਈ ਈ, ਹੈ ਮਜ਼ੇਦਾਰ ਗੱਲ। ਸੋ ਇਹ ਧਿਆਨ ਰੱਖੋਗੇ ਤੁਸੀਂ, ਜਦੋਂ ਵੀ ਇਸ ਤਰ੍ਹਾਂ ਦੀ ਸਾਊਂਡ ਹੋਊਗੀ ਆਈ ਈ ਦੀ ਜਾਂ ਈ ਆਈ ਦੀ, ਵੱਡੀ ਈ ਦੀ ਆਵਾਜ਼ ਹੋਈ ਤਾਂ ਆਈ ਪਹਿਲਾਂ ਲਿਖਾਂਗੇ, ਈ ਨੂੰ ਬਾਅਦ ਵਿੱਚ ਲਿਖਾਂਗੇ, ਠੀਕ ਹੈ। ਦੂਸਰੀ ਸਾਈਡ ਤੇ ਐਗਜ਼ਾਮਪਲ ਦੇਖੋ ਆਪਣੇ ਕੋਲ ਹੈਗਾ ਹੈ ਸੀ ਵਾਲਾ, ਜਦੋਂ ਸੀ ਤੋਂ ਬਾਅਦ ਇਹ ਸਾਊਂਡ ਆਵੇ ਈ ਦੀ, ਈ ਆਈ ਆਪਾਂ ਨੇ ਸੀ ਤੋਂ ਬਾਅਦ ਲਿਖਣਾ ਹੋਵੇ ਤਾਂ ਇਹ ਧਿਆਨ ਰੱਖਣਾ ਈ ਪਹਿਲਾਂ ਆਏਗਾ ਆਈ ਬਾਅਦ 'ਚ ਆਏਗਾ। ਦੇਖੋ ਇੱਧਰ ਉਲਟ ਹੈ, ਇੱਧਰ ਆਈ ਪਹਿਲਾਂ ਫਿਰ ਈ ਹੈ, ਇੱਧਰ ਈ ਪਹਿਲਾਂ ਹੈ ਫਿਰ ਆਈ ਹੈ, ਠੀਕ ਹੈ। ਰਿਸੀਵ, ਹੁਣ ਤੁਸੀਂ ਧਿਆਨ ਰੱਖੋ ਜਦੋਂ ਵੀ ਸੀ ਤੋਂ ਬਾਅਦ ਲਿਖਣਾ ਹੋਵੇ ਤਾਂ ਪਹਿਲਾਂ ਈ ਲਿਖੋਗੇ ਫਿਰ ਆਈ ਲਿਖੋਗੇ, ਠੀਕ ਹੈ। ਰਿਸੀਵ ਪ੍ਰਾਪਤ ਕਰਨਾ, ਕਨਸੀਵ ਧਾਰਨਾ ਨੂੰ ਕਹਿੰਦੇ, ਦੇਖੋ ਇੱਥੇ ਵੀ ਈ ਆਈ ਹੈ, ਠੀਕ ਹੈ। ਡਿਸੀਟ ਈ ਆਈ, ਕਨਸੀਟ ਈ ਆਈ, ਹੁਣ ਇਹ ਆ ਗਿਆ ਵਰਡ, ਇਸ ਨੂੰ ਆਪਾਂ ਆਮ ਤੌਰ ਤੇ ਬੋਲ ਦਿੰਦੇ ਹਾਂ ਰਿਸਿਪਟ, ਰਿਸਿਪਟ ਪ ਸਾਊਂਡ ਵੀ ਬੋਲਦੇ ਹਾਂ ਆਪਾਂ ਇਸ ਦੇ ਵਿੱਚ। ਪਰ ਪਿਆਰੇ ਦੋਸਤੋ, ਵਿਦਿਆਰਥੀਓ, ਮਿੱਤਰੋ, ਇਸ ਸ਼ਬਦ ਦੇ ਵਿੱਚ ਪੀ ਜੋ ਹੈ ਨਾ ਸਾਇਲੈਂਟ ਹੁੰਦਾ ਹੈ, ਇਸ ਨੂੰ ਆਪਾਂ ਬੋਲਦੇ ਹਾਂ ਰਿਸੀਟ, ਰਿਸੀਟ, ਰਿਸੀਟ ਇਹ ਨਾ ਕਿ ਰਿਸਿਪਟ, ਠੀਕ ਹੈ। ਉਮੀਦ ਕਰਦਾ ਇਸਦਾ ਪ੍ਰੋਨਾਂਸੀਏਸ਼ਨ ਵੀ ਕਲੀਅਰ ਹੋ ਗਿਆ ਹੋਏਗਾ ਅਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ, ਆਪਾਂ ਜ਼ਿਆਦਾ ਵੱਡੀ ਵੀਡੀਓ ਨਹੀਂ ਬਣਾਵਾਂਗੇ। ਸੋ ਇਹ ਸੀ ਅੱਜ ਦਾ ਕਨਸੈਪਟ, ਇਸਦੇ ਕੁਝ ਐਕਸੈਪਸ਼ਨ ਵੀ ਹੋ ਸਕਦੇ ਨੇ, ਪਰ ਮੋਸਟਲੀ ਜੋ ਵਰਡਸ ਹੋਣਗੇ ਉਹਨਾਂ ਦੇ ਵਿੱਚ ਇਹੀ ਤੁਹਾਨੂੰ ਸਪੈਲਿੰਗ ਜੋ ਹੈ, ਸਪੈਲਿੰਗ ਜੋ ਹੈ ਦੇਖਣ ਨੂੰ ਮਿਲੇਗੀ, ਇਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਠੀਕ ਹੈ। ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਲਾਈਕ ਕਰੋਗੇ, ਸ਼ੇਅਰ ਕਰੋਗੇ, ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓਗੇ। ਮੈਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।